ਕਿੰਨੇ ਬੰਦੇ ਬੈਠੇ ਹੈ? 12 13 ਹੋਣੇ ਹੈ। 12 ਮੋਟਰਸਾਈਕਲ ਹੈ ਕਿ ਗਾੜੀ ਹੈ? ਇਹ ਲਾਇਸੈਂਸ ਹੈ? ਕਹਾਂ ਪੇ ਹੈ? ਘਰ ਪੇ ਹੈ? ਗਾੜੀ ਕੇ ਕਾਗਜ਼ ਕਿੱਥੇ ਹੈ? ਹੈ ਰੇਹੜੀ ਹੈ। ਜੇ ਅਗਰ ਕਿਸੇ ਕਾ ਕੋਈ ਐਕਸੀਡੈਂਟ ਹੋ ਜਾਏ, ਕਿਆ ਕੌਣ ਜ਼ਿੰਮੇਵਾਰ ਹੈ ਇਸਕਾ? ਨਹੀਂ ਭਾਈ, ਚੱਲੇ ਸਲੋ ਇਸ ਕਰਕੇ। ਕਿੱਥੋਂ ਆਏ ਆ? ਚੱਬੇ ਵਾਲ। ਤੁਹਾਨੂੰ ਕਿਸੇ ਨੇ ਪੁਲਿਸ ਵਾਲੇ ਨੇ ਰੋਕਿਆ? ਹੈ? ਜੇ ਕੋਈ ਵਾਰਦਾਤ ਹੋ ਜਾਵੇ ਫਿਰ? ਯਾਨੀ ਕਿ 13 ਬੰਦੇ ਲੈ ਕੇ ਤੁਸੀਂ ਸਾਈਡ 'ਤੇ ਆਰਾਮ ਨਾਲ ਤੁਰੇ ਹੋ, ਹੈ ਨਾ? ਜੇ ਕੋਈ ਐਕਸੀਡੈਂਟ ਹੋ ਜਾਵੇ? ਅੱਛਾ, ਮਾੜਾ ਉਤਰੋ ਤਾਂ ਸਾਰੇ ਜਾਣੇ। ਇੱਕ ਜੁਗਾੜੂ ਰੇੜੀ ਜਿਸ ਤੇ ਸੀ 12 ਵਿਅਕਤੀ ਸਵਾਰ, ਤੇ ਇਸ ਨਜ਼ਾਰੇ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ, ਜਿਸ ਕਾਰਨ ਲੋਕਾਂ ਨੇ ਰੇੜੀ ਵਾਲੇ ਨੂੰ ਚੰਗੀ ਤਰ੍ਹਾਂ ਝਾੜ ਪਾਈ ਕਿ ਜੇ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਵੇ ਤਾਂ ਫਿਰ ਨੁਕਸਾਨ ਲਈ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇਗਾ। ਤੇ ਜਦੋਂ ਇਸ ਰੇੜੀ ਵਾਲੇ ਨੂੰ ਰੁਕਵਾਇਆ ਗਿਆ ਤੇ ਉਸ ਤੋਂ ਰੇੜੀ ਦੇ ਕਾਗਜ਼ਾਤ ਤੇ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲੋਂ ਉਹ ਵੀ ਨਹੀਂ ਨਿਕਲੇ। ਫਿਲਹਾਲ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਰੋਡ 'ਤੇ ਇਹ ਆਪਣੀ ਜੁਗਾੜੂ ਰੇੜੀ ਨੂੰ ਭਜਾ ਰਹੇ ਨੇ, ਇਹ ਇੱਕ ਸਿੰਗਲ ਲੇਨ ਸੜਕ ਹੈ ਤੇ ਤੇਜ਼ ਰਫ਼ਤਾਰ ਵਾਹਨ ਵੀ ਇਸ ਸੜਕ ਤੋਂ ਗੁਜ਼ਰ ਰਹੇ ਨੇ। ਪਰ ਜੇ ਇਸ ਦੌਰਾਨ ਕੋਈ ਹਾਦਸਾ ਵਾਪਰ ਜਾਵੇ ਤਾਂ ਕਿੰਨੀਆਂ ਹੀ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ। ਤਸਵੀਰਾਂ ਚੱਬੇਵਾਲ ਤੋਂ ਸਾਹਮਣੇ ਆਈਆਂ ਨੇ। ਫਿਲਹਾਲ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਕੀ ਕਹਿਣਾ ਚਾਹੋਗੇ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਲਾਇਸੈਂਸ ਹੈ? ਕਹਾਂ ਪੇ ਹੈ? ਘਰ ਪੇ ਹੈ? ਗਾੜੀ ਕੇ ਕਾਗਜ਼ ਕਿੱਥੇ ਹੈ? ਗਾੜੀ ਕੇ ਕਾਗਜ਼ ਕਹਾਂ ਪੇ ਹੈ? ਗਾੜੀ ਕੇ ਕਾਗਜ਼ ਵੀ ਨਹੀਂ ਹੈ। ਠੇਕੇਦਾਰ ਕਿਧਰ ਹੈ? ਕਿਆ ਹੋ ਗਿਆ ਠੇਕੇਦਾਰ ਕੋ? ਗਾੜੀ ਕੈਸੇ ਲੈ ਕੇ ਜਾ ਰਹੇ ਹੋ? ਤੁਹਾਡੇ ਪਾਸ ਲਾਇਸੈਂਸ ਵੀ ਨਹੀਂ ਹੈ, ਗਾੜੀ ਕੇ ਕਾਗਜ਼ ਵੀ ਨਹੀਂ। ਕਹਾਂ ਪੇ ਜਾਣਾ ਹੈ? ਹੁਸ਼ਿਆਰਪੁਰ ਜਾਣਾ ਹੈ? ਕਿੰਨੇ ਬੰਦੇ ਬੈਠੇ ਹੈ? 12 13 ਹੋਣੇ ਹੈ। 12 ਮੋਟਰਸਾਈਕਲ ਹੈ ਕਿ ਗਾੜੀ ਹੈ? ਇਹ ਲਾਇਸੈਂਸ ਹੈ? ਕਹਾਂ ਪੇ ਹੈ? ਘਰ ਪੇ ਹੈ? ਗਾੜੀ ਕੇ ਕਾਗਜ਼ ਕਿੱਥੇ ਹੈ? ਹੈ ਰੇੜੀ ਹੈ। ਜੇ ਅਗਰ ਕਿਸੇ ਕਾ ਕੋਈ ਐਕਸੀਡੈਂਟ ਹੋ ਜਾਏ, ਕਿਆ ਕੌਣ ਜ਼ਿੰਮੇਵਾਰ ਹੈ ਇਸਕਾ? ਨਹੀਂ ਭਾਈ, ਚੱਲੇ ਸਲੋ ਇਸ ਕਰਕੇ। ਕਿੱਥੋਂ ਆਏ ਆ? ਚੱਬੇ ਵਾਲ। ਤੁਹਾਨੂੰ ਕਿਸੇ ਨੇ ਪੁਲਿਸ ਵਾਲੇ ਨੇ ਰੋਕਿਆ? ਹੈ? ਜੇ ਕੋਈ ਵਾਰਦਾਤ ਹੋ ਜਾਵੇ ਫਿਰ? ਯਾਨੀ ਕਿ 13 ਬੰਦੇ ਲੈ ਕੇ ਤੁਸੀਂ ਸਾਈਡ 'ਤੇ ਆਰਾਮ ਨਾਲ ਤੁਰੇ ਹੋ, ਹੈ ਨਾ? ਜੇ ਕੋਈ ਐਕਸੀਡੈਂਟ ਹੋ ਜਾਵੇ? ਅੱਛਾ, ਮਾੜਾ ਉਤਰੋ ਤਾਂ ਸਾਰੇ ਜਾਣੇ। ਇੱਕ ਜੁਗਾੜੂ ਰੇੜੀ ਜਿਸ 'ਤੇ ਸੀ 12 ਵਿਅਕਤੀ ਸਵਾਰ,
ਤੇ ਇਸ ਨਜ਼ਾਰੇ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ, ਜਿਸ ਕਾਰਨ ਲੋਕਾਂ ਨੇ ਰੇੜੀ ਵਾਲੇ ਨੂੰ ਚੰਗੀ ਤਰ੍ਹਾਂ ਝਾੜ ਪਾਈ ਕਿ ਜੇ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਵੇ ਤਾਂ ਫਿਰ ਨੁਕਸਾਨ ਲਈ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇਗਾ। ਤੇ ਜਦੋਂ ਇਸ ਰੇੜੀ ਵਾਲੇ ਨੂੰ ਰੁਕਵਾਇਆ ਗਿਆ ਤੇ ਉਸ ਤੋਂ ਰੇੜੀ ਦੇ ਕਾਗਜ਼ਾਤ ਤੇ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲੋਂ ਉਹ ਵੀ ਨਹੀਂ ਨਿਕਲੇ। ਫਿਲਹਾਲ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਰੋਡ 'ਤੇ ਇਹ ਆਪਣੀ ਜੁਗਾੜੂ ਰੇੜੀ ਨੂੰ ਭਜਾ ਰਹੇ ਨੇ, ਇਹ ਇੱਕ ਸਿੰਗਲ ਲੇਨ ਸੜਕ ਹੈ ਤੇ ਤੇਜ਼ ਰਫ਼ਤਾਰ ਵਾਹਨ ਵੀ ਇਸ ਸੜਕ ਤੋਂ ਗੁਜ਼ਰ ਰਹੇ ਨੇ। ਪਰ ਜੇ ਇਸ ਦੌਰਾਨ ਕੋਈ ਹਾਦਸਾ ਵਾਪਰ ਜਾਵੇ ਤਾਂ ਕਿੰਨੀਆਂ ਹੀ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ। ਤਸਵੀਰਾਂ ਚੱਬੇਵਾਲ ਤੋਂ ਸਾਹਮਣੇ ਆਈਆਂ ਨੇ। ਫਿਲਹਾਲ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਲਾਇਸੈਂਸ ਹੈ? ਕਹਾਂ ਪੇ ਹੈ? ਘਰ ਪੇ ਹੈ? ਗਾੜੀ ਕੇ ਕਾਗਜ਼ ਕਿੱਥੇ ਹੈ? ਗਾੜੀ ਕੇ ਕਾਗਜ਼ ਕਹਾਂ ਪੇ ਹੈ? ਗਾੜੀ ਕੇ ਕਾਗਜ਼ ਵੀ ਨਹੀਂ ਹੈ? ਠੇਕੇਦਾਰ ਕਿਧਰ ਹੈ? ਕਿਆ ਹੋ ਗਿਆ ਠੇਕੇਦਾਰ ਕੋ? ਗਾੜੀ ਕੈਸੇ ਲੈ ਕੇ ਜਾ ਰਹੇ ਹੋ? ਤੁਹਾਡੇ ਪਾਸ ਲਾਇਸੈਂਸ ਵੀ ਨਹੀਂ ਹੈ, ਗਾੜੀ ਕੇ ਕਾਗਜ਼ ਵੀ ਨਹੀਂ। ਕਹਾਂ ਪੇ ਜਾਣਾ ਹੈ? ਹੁਸ਼ਿਆਰਪੁਰ ਜਾਣਾ ਹੈ?